ਦਾ ਇੱਕ ਸੁੰਦਰ ਸ਼ਹਿਰ ਹੈ। ਅਸੀਂ ਗੱਲ ਕਰ ਰਹੇ ਹਾਂ 25 ਮਈ 1891 ਦੀ ਇੱਕ ਦਰਦਨਾਕ ਘਟਨਾ ਦੀ। ਮੈਂ ਡਾਕਟਰ ਜੌਨ ਵਾਟਸਨ, ਮੈਂ ਜੋ ਦੱਸਣ ਜਾ ਰਿਹਾ ਹਾਂ ਉਸ 'ਤੇ ਵਿਸ਼ਵਾਸ ਕਰਨਾ ਬਹੁਤ ਹੀ ਮੁਸ਼ਕਿਲ ਹੈ। ਮਸ਼ਹੂਰ ਡਿਟੈਕਟਿਵ ਸ਼ਰਲਕ ਹੋਮਸ ਦੇ ਨਾਲ ਮੈਂ ਪਹਾੜਾਂ 'ਤੇ ਟਹਿਲਣ ਨਿਕਲ ਗਿਆ ਸੀ ਕਿ ਅਚਾਨਕ ਸਾਡੇ ਸਾਹਮਣੇ ਇੱਕ ਬਹੁਤ ਹੀ ਬੁੱਢਾ ਇਨਸਾਨ ਆ ਕੇ ਖੜਾ ਹੋ ਗਿਆ। ਸ਼ਾਇਦ ਉਹ ਹੋਟਲ ਤੋਂ ਹੀ ਸਾਡਾ ਪਿੱਛਾ ਕਰ ਰਿਹਾ ਸੀ। ਉਹਨੇ ਪਿੱਛੋਂ ਸਾਨੂੰ ਆਵਾਜ਼ ਦਿੱਤੀ, ਪਲੀਜ਼ ਸਰ ਜ਼ਰਾ ਰੁਕੋ, ਮੇਰੀ ਗੱਲ 'ਤੇ ਸੁਣੋ। ਇਸ ਵਕਤ ਮੈਂ ਬਹੁਤ ਮੁਸੀਬਤ 'ਚ ਹਾਂ ਅਤੇ ਮੈਨੂੰ ਡਾਕਟਰ ਵਾਟਸਨ ਦੀ ਲੋੜ ਹੈ। ਵਾਟਸਨ, ਇਸ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਹੈ? ਉਮਰ ਜ਼ਿਆਦਾ ਹੈ ਪਰ ਤਾਕਤਵਰ ਦਿਖਾਈ ਦਿੰਦਾ ਹੈ। ਤੁਹਾਡੀ ਤਬੀਅਤ ਤਾਂ ਠੀਕ ਹੈ, ਤੁਸੀਂ ਬਿਮਾਰ ਹੋ? ਸਰ ਸਰ ਮੈਂ ਬਿਮਾਰ ਨਹੀਂ ਹਾਂ, ਪਰ ਕੱਲ੍ਹ ਇਹ ਹੈ ਕਿ ਹੋਟਲ ਵਿੱਚ ਮੈਡਮ ਬਿਮਾਰ ਹੈ। ਪਲੀਜ਼ ਮੇਰੇ ਨਾਲ ਚੱਲੋ, ਮੈਂ ਤੁਹਾਡੇ ਇਲਾਵਾ ਇੱਥੇ ਕਿਸੇ ਹੋਰ ਨੂੰ ਨਹੀਂ ਜਾਣਦਾ। ਮੇਰੀ ਗੱਲ ਸੁਣੋ ਵਾਟਸਨ, ਜਾਓ ਮੈਡਮ ਦਾ ਇਲਾਜ ਕਰ ਦਿਓ, ਜ਼ਰਾ ਬੁੜੇ ਆਦਮੀ ਦਾ ਧਿਆਨ ਰੱਖਿਆ ਕਰੋ ਅਤੇ ਦੇਖੋ ਗੱਲ ਕੀ ਹੈ। ਇਹ ਜਾਣਨਾ ਜ਼ਰੂਰੀ ਹੈ ਕਿ ਦਾਲ ਵਿੱਚ ਕੁਝ ਕਾਲਾ ਤਾਂ ਨਹੀਂ, ਪਰ ਹੋਮਸ ਜਾਗ ਰਿਹਾ ਸੀ। ਆਹੋ ਆਹੋ ਮਿਸਟਰ ਜੌਨ ਮੋਰੀਆਰਟੀ, ਆਓ, ਇਹ ਸਾਡੀ ਦੂਜੀ ਮੁਲਾਕਾਤ ਹੈ। ਤੁਸੀਂ ਮੈਨੂੰ ਕਿਵੇਂ ਜਾਣਦੇ ਹੋ? ਇਸ ਵਿੱਚ ਚੌਕੜ ਦੀ ਕੀ ਗੱਲ ਹੈ, ਮੈਂ ਬਸ ਆਪਣੀ ਅੱਖਾਂ ਤੇ ਦਿਮਾਗ ਦਾ ਸਹੀ ਇਸਤੇਮਾਲ ਕੀਤਾ, ਦੇਖਿਆ ਕਿ ਤੁਹਾਡੀ ਕਮਰ ਕਮਾਨ ਦੀ ਤਰ੍ਹਾਂ ਝੁਕੀ ਹੋਈ ਸੀ ਅਤੇ ਤੁਸੀਂ ਬੂੜੇ ਦਿਖਾਈ ਦੇ ਰਹੇ ਸੀ। ਅਗਰ ਅੱਖ ਦੀ ਗੱਲ ਕਰੀਏ ਤੇ ਬਹੁਤ ਹੀ ਅੱਛਾ ਆਈਡੀਆ ਸੀ, ਪਰ ਤੁਸੀਂ ਬੂੜੇ ਤੇ ਕਮਜ਼ੋਰ ਹੋਣ ਦੇ ਬਾਵਜੂਦ ਤੇਜ਼ੀ ਨਾਲ ਚੱਲ ਰਹੇ ਸੀ, ਜੋ ਕਿ ਤੁਹਾਡੇ ਵਰਗੇ ਆਦਮੀ ਲਈ ਠੀਕ ਨਹੀਂ ਹੈ। ਇਸ ਦਾ ਮਤਲਬ ਤੁਸੀਂ ਬੁੱਢੇ ਹੋਣ ਦੀ ਐਕਟਿੰਗ ਕਰ ਰਹੇ ਸੀ ਤਾਂ ਕਿ ਮੈਨੂੰ ਧੋਖਾ ਦੇ ਸਕੋ। ਅਗਰ ਦਿਮਾਗ ਦੀ ਗੱਲ ਕਰੀਏ ਤੇ ਹੋਟਲ 'ਚ ਡਾਕਟਰ ਵਾਟਸਨ ਤੇ ਲਿਬਿਨ ਸਿੰਘ ਦੇ ਇਲਾਵਾ ਕੋਈ ਨਹੀਂ ਜਾਣਦਾ। ਹੋਰ ਅਗਰ ਅਸੀਂ ਅੱਖਾਂ ਦੀ ਗੱਲ ਕਰੀਏ ਤੇ ਦੁਸ਼ਮਣ ਨੂੰ ਤੁਹਾਡੇ ਬਾਰੇ 'ਚ ਪਤਾ ਨਹੀਂ ਚੱਲਣਾ ਚਾਹੀਦਾ। ਹੁਸ਼ਿਆਰ ਰਹੋ, ਵਰਨਾ ਤੁਸੀਂ ਬਹੁਤ ਜਲਦੀ ਅੱਖ ਤੇ ਅਕਲ ਦੇ ਸ਼ਿਕਾਰ ਬਣ ਜਾਓਗੇ। ਤੁਸੀਂ ਬਹੁਤ ਮਹਾਨ ਹੋ, ਤੁਹਾਡਾ ਵਕਤ ਆ ਗਿਆ ਹੈ। ਤੁਸੀਂ ਬਚ ਨਹੀਂ ਸਕਦੇ, ਸਿਰਫ ਅੱਖ ਤੇ ਦਿਮਾਗ ਨਾਲ ਕੰਮ ਨਹੀਂ ਚੱਲਦਾ, ਸਮਝੇ? ਨਾਲ ਕੁਝ ਹੋਰ ਵੀ ਹੋਣਾ ਚਾਹੀਦਾ ਹੈ। ਇਸ ਦਲਦਲ ਚੋਂ ਉਸ ਨੂੰ ਕੋਈ ਨਹੀਂ ਬਚਾ ਸਕਿਆ। ਉਹ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਹਾਦਸਾ ਸੀ ਅਤੇ ਇਸ ਤਰ੍ਹਾਂ ਦੁਨੀਆ ਨੇ ਇੱਕ ਚੰਗਾ ਜਾਣਕਾਰ ਗਵਾ ਦਿੱਤਾ ਅਤੇ ਮੈਂ ਇੱਕ ਚੰਗਾ ਦੋਸਤ ਤੇ ਬਹੁਤ ਵਧੀਆ ਇਨਸਾਨ ਗਵਾ ਦਿੱਤਾ।